ਜਿੰਨੇ ਵੀ ਪਾਣੀ ਆਏ ਆ ਅੱਜ ਤੋਂ ਲੈ ਤੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਤੋਂ ਲੈ ਤੇ ਸਾਡੀ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਸੀ। ਇਸ ਵਾਰੀ ਜੋ ਆਮ ਪਾਰਟੀ ਦਾ ਸਾਡਾ ਐਮ ਐਲ ਸਾਹਿਬ ਸਵਾ ਦਵਿੰਦਰ ਸਿੰਘ ਸੁਮਨਾ ਬਣਿਆ ਹੈ, ਸਾਡੀ ਹਰ ਇੱਕ ਪ੍ਰਸ਼ਾਸਨ ਨੇ ਸਾਡੀ ਸਹਾਇਤਾ ਕੀਤੀ ਹੈ। ਬੀ ਡੀ ਓ ਕੀ ਡਿਪਟੀ ਆਪਣੇ ਡੀ ਐਸ ਪੀ ਕੀ ਆਪ ਕੀ ਆਪ ਜਿੰਨੇ ਦਿਨ ਮਹੀਨਾ ਸਵਾ ਪਾਣੀ ਆਦਿ ਕੈਪਰੀ 'ਚ ਆਦੇ ਜਿਵੇਂ ਵੀ ਸਾਡੇ ਨਵੇਂ 'ਚ ਹੀ ਰਿਹਾ ਹੈ, ਕੋਈ ਸੱਪ ਸਲੂੰਗ ਨਹੀਂ ਇਹਨੇ ਵੇਖਿਆ, ਹਰ ਗਰੀਬ ਕੋਈ ਵੀ ਘਰ ਆਪ ਚੁੱਕ ਕੇ ਮਾਤਾ ਦੀ ਸਹਾਇਤਾ ਇਹਨਾਂ ਕੀਤੀ ਹੈ। ਮੈਂ ਇੱਕ ਗੱਲ ਕਰਨਾ ਚਾਹੁੰਦਾ, ਭਗਵੰਤ ਮਾਨ ਤੱਕ ਮੇਰੀ ਗੱਲ ਪਹੁੰਚਣੀ ਚਾਹੀਦੀ ਹੈ, ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਉੱਧਰ ਦੇ ਪਰਾਂ ਦੇ ਸਾਰੇ ਮੰਤਰੀ, ਉਹਨਾਂ ਨੂੰ ਕੀ ਪਤਾ ਇੱਥੇ ਬਾਰਡਰ 'ਤੇ ਆਉਂਦੇ ਨੇ, ਸਾਡੇ ਹੜ੍ਹਾਂ ਬਾਰੇ ਇਹਨਾਂ ਨੂੰ ਨਹੀਂ ਪਤਾ ਵੀ ਇੱਥੇ ਬਾਰਡਰ 'ਤੇ ਕਿਵੇਂ ਲੋਕ ਬੈਠੇ ਨੇ। ਇਹ ਸਿਰਫ ਨਰਿੰਦਰਗੜ੍ਹ ਸਮਣਾ ਐਮ ਐਲ ਸਾਹਿਬ ਜਾਣਦਾ ਹੈ ਵੀ ਇੱਥੇ ਨਾ ਮਰਿਆਂ 'ਚ ਨਾ ਜੀਂਦੇ, ਇਹ ਸਿਰਫ ਜਾਣਦੇ ਨੇ, ਉਹਨਾਂ ਨੂੰ ਕੀ ਪਤਾ ਉੱਧਰਲੇ ਮੰਤਰੀ ਇੱਥੇ ਗੇੜਾ ਮਾਰ ਕੇ ਵਾਪਸ ਮੁੜ ਜਾਂਦੇ ਨੇ। ਸਾਡਾ ਨਰਿੰਦਰਗੜ੍ਹ ਸਮਣੇ ਨੂੰ ਮੰਤਰੀ ਬਣਾਵਣ, ਕੋਈ ਸਾਡੀ ਕੱਚੀਆਂ ਪੈਲੀਆਂ ਪੱਕੀਆਂ ਪੈਲੀਆਂ ਕਰਨ, ਕੋਈ ਸਾਨੂੰ ਮੁਆਵਜ਼ਾ ਮਿਲੇ, ਸਿਰਫ ਇਹਨੂੰ ਜਾਣਦੇ ਨੇ। ਭਗਵੰਤ ਮਾਨ ਨੂੰ ਇੰਨਾ ਪਤਾ ਤੇਜਾ ਬਰੇਲਾ ਨੋਨਾ ਦੋਨਾ ਨਾਨਕਾ ਰੇਤੇ ਵਾਲੀ ਪੈਣੀ ਚੰਗੜ ਪੈਣੀ ਸੱਦਾ ਸਿੰਘ, ਭਗਵੰਤ ਮਾਨ ਨੂੰ ਇੰਨਾ ਪਤਾ ਤਾਂ ਸਾਡੇ ਐਮ ਐਲ ਸਾਹਿਬ ਨੂੰ ਮੰਤਰੀ ਕਿਉਂ ਨਹੀਂ ਬਣਾ ਦੇ? ਸਾਡੀ ਹੱਥ ਜੋੜ ਕੇ ਭਗਵੰਤ ਅੱਗੇ ਬੇਨਤੀ ਹੈ ਸਾਡੇ ਨਰਿੰਦਰਗੜ੍ਹ ਸਮਣੇ ਨੂੰ ਮੰਤਰੀ ਬਣਾਵਣ। ਸਾਡਾ ਜਿਹੜਾ ਲਾਲ ਲਕੀਰ ਵੱਜੀ ਹੈ ਪਹਿਲੀ ਦੀ, ਸਾਡੇ ਕਾਂਗਰਸ ਨੇ ਵੀ ਸਾਨੂੰ ਝਾਂਸਾ ਦਿੱਤੀ ਰੱਖਿਆ, ਉਹਨਾਂ ਵੀ ਸਾਰਾ ਕੁਝ ਨਹੀਂ ਕੀਤਾ। ਅਕਾਲੀ ਦਲ ਵੀ ਝਾਂਸਾ ਦਿੱਤੀ ਰੱਖਿਆ, ਉਹਨੇ ਵੀ ਸਾਨੂੰ ਕੁਛ ਨਹੀਂ ਕੀਤਾ। ਸਾਡੀ ਆਸ ਹੈ ਨਰਿੰਦਰਗੜ੍ਹ ਸਮਣੇ ਦੇ ਐਮ ਐਲ ਆਮ ਪਾਰਟੀ ਦੇ ਵੀ ਸਾਡੀ ਪਹਿਲੀਆਂ ਦਾ ਪੱਕੀਆਂ ਦਾ ਸਾਡਾ ਜ਼ਰੂਰ ਧਿਆਨ ਰੱਖਣਗੇ। ਸਾਡੇ ਭਗਵੰਤ ਮਾਨ ਨੂੰ ਬੇਨਤੀ ਹੈ ਨਰਿੰਦਰਗੜ੍ਹ ਸਮਣੇ ਮੰਤਰੀ ਬਣਾਇਆ ਜਾਵੇ, ਕੁਝ ਸਾਡੇ ਗਰੀਬਾਂ ਦੇ ਸਾਰ ਲੈਣ।